ਹਾਂਜੀ ਸਤਿ ਸ਼੍ਰੀ ਅਕਾਲ ਜੀ ਦੋਸਤੋ ਵੀਰੇ, ਪਹਿਲਾਂ ਤਾਂ ਵੀਡੀਓ ਨੂੰ ਸਾਰੇ ਸ਼ੇਅਰ ਕਰ ਦਿਓ ਕਿਉਂਕਿ ਮੈਂ ਹੈਰਾਨ ਹਾਂ ਦੁਨੀਆ 'ਤੇ। ਅਸੀਂ ਰਾਤ ਵੀ ਵੀਡੀਓ ਪਾਈ ਸੀ ਪਰ ਪਟਿਆਲਾ ਐਡਾ ਸ਼ਹਿਰ ਆ, ਕੋਈ ਇੱਕ ਬੰਦਾ 1 ਰੁਪਿਆ ਲੈ ਕੇ ਨਹੀਂ ਇੱਥੇ ਪਹੁੰਚਿਆ। ਸਾਨੂੰ ਬਾਹਰੋਂ ਮਦਦ ਜ਼ਰੂਰ ਪਹੁੰਚਦੀ ਹੈ, ਜਿਵੇਂ ਕੁਲਵੀਰ ਬਾਈ ਨੇ ਭੇਜੀ ਗੱਲ, ਪਰ ਮੈਂ ਤੁਹਾਡੇ ਲਈ, ਤੁਸੀਂ ਸ਼ਰਮ ਨਾ ਮਰ ਜਾਓ ਯਾਰ, ਜਿਹੜੇ ਘਰਾਂ 'ਚ ਬੈਠੇ ਹੋ ਤੁਹਾਨੂੰ ਪਰਮਾਤਮਾ ਨੇ ਇੰਨਾ ਪੈਸਾ ਦਿੱਤਾ, ਜਿਹੜੇ ਘਰਾਂ 'ਚ ਬੈਠੇ ਹੋ, ਦੁਨੀਆ ਇੱਥੇ ਮਰ ਰਹੀ ਹੈ, ਇੱਕ ਵਾਰੀ ਆ ਕੇ ਦੇਖ ਲਓ। ਆਹ ਤੁਹਾਨੂੰ ਮਾਤਾ ਜੀ ਦਾ ਅਸੀਂ ਦੁੱਖ ਦੱਸਣਾ, ਤੁਹਾਨੂੰ ਮੈਂ ਕੱਲ੍ਹ ਇਹਨਾਂ ਦੀ ਬੇਟੇ ਦੀ ਫੋਟੋ ਵੀ ਦਿਖਾਈ ਸੀ, ਇਹਨਾਂ ਦੇ ਬੇਟੇ ਦੇ ਕਰੰਟ ਲੱਗਣ ਨਾਲ ਨਾ ਇੰਨਾ ਕੁ ਬੁਰਾ ਹਾਲ ਆ, ਆਹ ਜਗ੍ਹਾ ਉੱਪਰ ਦੀ ਕਰੰਟ ਲੰਘ ਗਿਆ, ਸਾਰੇ ਸਰੀਰ ਦੀ ਸਰਜਰੀ ਹੋਣੀ ਆ। ਪਹਿਲਾਂ ਹੱਥ ਵੀ ਠੀਕ ਸੀ, ਪਹਿਲਾਂ ਡਾਕਟਰਾਂ ਨੇ ਇੱਥੋਂ ਹੱਥ ਕੱਟਤਾ ਇਹਨਾਂ ਦੇ ਬੇਟੇ ਦਾ, ਐਮਰਜੈਂਸੀ ਦੇ ਅੰਦਰ ਪਏ ਨੇ, ਤੁਸੀਂ ਇੱਕ ਵਾਰ ਆ ਕੇ ਹਾਲਾਤ ਦੇਖ ਲਓ। ਸਾਡੇ ਕੋਲ ਇੰਨਾ ਪੈਸਾ ਨਹੀਂ ਵੀ ਅਸੀਂ ਸਾਨੂੰ ਦਰਦ ਬਹੁਤ ਆ ਦਿਲ ਦੇ ਵਿੱਚ, ਅਸੀਂ ਕਿੱਥੋਂ ਲੈ ਕੇ ਇੰਨਾ ਪੈਸਾ ਯਾਰ। ਤੁਸੀਂ ਵੀਡੀਓ ਸ਼ੇਅਰ ਕਰੋ ਯਾਰ, ਤੁਸੀਂ ਵੀਡੀਓ ਸ਼ੇਅਰ ਨਹੀਂ ਕਰਦੇ ਫਿਰ ਤੁਹਾਡੇ 1 ਸਕਿੰਟ ਦੇ ਸ਼ੇਅਰ ਨਾਲ ਕਿਸੇ ਦੀ ਜਾਨ ਬਚਣੀ ਆ। ਤੁਹਾਨੂੰ ਪਹਿਲਾਂ ਅਸੀਂ ਦੁੱਖ ਦੱਸਦੇ ਹਾਂ ਵੀ ਇਹਨਾਂ ਨਾਲ ਹੋਇਆ ਕੀ ਆ। ਇਹਨਾਂ ਨੇ ਰਿਪੋਰਟ ਵੀ ਕਰਾਈ, ਜਿਹੜੇ ਮਾਲਕ ਦੇ ਇਹਨਾਂ ਦਾ ਬੱਚਾ ਕੰਮ ਕਰਦਾ ਸੀ ਨਾ, ਉਹ ਮਾਲਕ ਨੇ ਪਹਿਲਾਂ ਤਾਂ ਇਹ ਗੱਲ ਕਿ ਮੈਂ ਖਰਚਾ ਕਰੂੰਗਾ, ਮੁੜ ਕੇ ਉਹ ਮਾਲਕ ਵੀ ਪਤਾ ਨਹੀਂ ਕੋਈ ਮਜਬੂਰੀ ਆ ਉਹਦੀ, ਪਤਾ ਨਹੀਂ ਕੋਈ ਸਿਆਸਤ ਆ, ਉਹ ਹੱਥ ਖੜੇ ਕਰ ਗਏ ਨਾ। ਤੁਸੀਂ ਪਹਿਲਾਂ ਮਾਤਾ ਜੀ ਦੀ ਜਵਾਨੀ ਪੁੱਛ ਲਓ, ਮਾਤਾ ਜੀ ਭਾਵਕ ਹੋ ਗਏ, ਤੁਸੀਂ ਨਾ ਦੁੱਖ ਸੁਣ ਲਓ, ਕਿਉਂਕਿ ਦੁੱਖ ਸੁਣ ਕੇ ਪਤਾ ਨਹੀਂ ਮੈਂ ਹੈਰਾਨ ਹਾਂ ਤੁਹਾਡੇ, ਤੁਸੀਂ ਵੀਡੀਓ ਨੂੰ ਛੱਡ ਕਿਵੇਂ ਦਿੰਦੇ ਹੋ ਯਾਰ। ਮਾਤਾ ਜੀ ਤੋਂ ਪਹਿਲਾਂ ਪੁੱਛਦੇ ਆਪਾਂ ਵੀ ਸਾਰੀ ਘਟਨਾ ਹੋਈ ਕੀ ਆ ਪਹਿਲਾਂ ਇਹ। ਮਾਤਾ ਜੀ ਤੁਸੀਂ ਦੱਸੋ, ਸੰਗਤ ਨੂੰ ਸਾਰੇ ਦੇਖ ਰਹੇ ਨੇ। ਹਾਂਜੀ, ਮੇਰਾ ਲੜਕਾ ਮੇਰਾ ਕੰਮ 'ਤੇ ਗਿਆ ਸੀ, ਮਾਲਕ ਕੋਲ ਲੱਗਿਆ ਹੋਇਆ ਸੀ, 12,000 ਰੁਪਏ ਮਹੀਨਾ ਲੈ ਰਹੇ ਸੀ ਜੀ, ਅਤੇ ਉਹਨਾਂ ਦੇ ਕੋਲ ਕੋਈ ਆਇਆ ਬੁਲਾਉਣ ਵਾਸਤੇ ਮੁੰਡੇ ਨੂੰ ਕੰਮ ਵਾਸਤੇ, ਮੁੰਡੇ ਨੂੰ ਲੈ ਕੇ ਗਏ ਨੇ ਜੀ ਬੁਲਾ ਕੇ ਵੀ ਕੰਮ 'ਤੇ ਵਗ ਜਾ। ਉੱਥੇ ਜੀ ਮੇਰੇ ਬੇਟੇ ਨੂੰ ਕਰੰਟ ਲੱਗ ਗਿਆ, ਅਤੇ ਉਹ ਮਾਲਕ ਉਹ ਜਿਹੜਾ ਜਿੱਥੋਂ ਕਰੰਟ ਲੱਗਿਆ ਸੀ ਜੀ ਉਹ ਦਾਖਲ ਕਰਾ ਗਿਆ। ਦਾਖਲ ਕਰਾ ਕੇ ਜੀ 3-4 ਘੰਟੇ ਅਸੀਂ ਲੈ ਕੇ ਮੁੰਡੇ ਨੂੰ ਫਿਰਦਾ ਰਿਹਾ, ਫਿਰ ਉਹ ਇਹਨਾਂ ਨੇ ਜਿੰਦਰਾ ਹਸਪਤਾਲ ਨੇ ਦਾਖਲ ਨਹੀਂ ਕੀਤਾ, ਕਹਿੰਦੇ ਵੀ ਸਾਈਨ ਕਰਕੇ ਤੋਂ ਬਗੈਰ ਅਸੀਂ ਦਾਖਲ ਨਹੀਂ ਕਰਦੇ, ਅਤੇ ਵੀ ਉਦੋਂ ਬਾਅਦ ਉਹ ਕਹਿੰਦੇ ਵੀ ਤੁਸੀਂ ਨਾਂ ਆਹ ਸਾਈਨ ਕਰਨੇ ਨੇ ਵੀ ਤੁਹਾਡਾ ਨਾਂ ਦੱਸੋ, ਫਿਰ ਉਹ ਨਾਂ ਲਿਖਾ ਕੇ ਗਿਆ ਉਹਦਾ। ਜਿਸ ਟਾਈਮ ਜੀ ਮੈਨੂੰ ਫੋਨ ਕਰਿਆ 2-2.5 ਘੰਟਿਆਂ ਬਾਅਦ ਵੀ ਮੇਰੀ ਮਾਂ ਨੂੰ ਮੇਰਾ ਲੜਕਾ ਬੋਲਿਆ ਵੀ ਮੇਰੀ ਮਾਤਾ ਨੂੰ ਫੋਨ ਕਰ ਦਿਉ ਵੀ ਇਹਨਾਂ ਨਾਲ ਨੰਬਰ ਲੱਗਦਾ। ਮੈਨੂੰ ਫੋਨ ਕੀਤਾ, ਮੈਂ ਇਸ ਟਾਈਮ ਆਈ, ਜਿਸ ਟਾਈਮ ਮੈਂ ਪਹੁੰਚੀ ਉਸ ਟਾਈਮ ਕਹਿੰਦੇ ਮੈਂ ਤੁਸੀਂ ਕੌਣ ਹੋ ਜੀ, ਵੀ ਮੈਂ ਗਵਾਂਢੀ ਹਾਂ ਜੀ, ਗਵਾਂਢੀ ਕਹਿ ਕੇ ਨਿਕਲ ਗਿਆ ਜੀ। ਦੇਖੋ ਜੀ ਮੇਰੇ ਕੋਈ ਮੇਰੀ ਮਦਦ ਨਹੀਂ, ਕੋਈ ਹੋਰ ਨਹੀਂ ਜੀ, ਜਿੰਨਾ ਕੁ ਮੇਰੇ ਕੋਲ ਹੈਗਾ ਸੀ ਜੀ ਮੈਂ ਉਨਾ ਕੁ ਮੈਂ ਲਾ ਚੁੱਕੀ, ਠੀਕ ਹੈ। ਹੁਣ ਮੇਰੇ ਬੇਟੇ ਦੀ ਇੰਨੀ ਹੱਥ ਕੱਟ, ਇੰਨਾ ਹੱਥ ਕੱਟੇਗਾ ਜੀ ਮੇਰੇ ਬੇਟੇ ਦਾ। ਹੈਂ ਚੰਡੀ ਸਾਨੂੰ ਪਹਿਲਾਂ ਜਿੰਦਰਾ 'ਚ ਜਾ ਹੱਥ ਕਹਿੰਦੇ ਸੀ ਵੀ ਬਾਜੀ ਮੈਂ ਮੇਰੇ ਬੇਟੇ ਦਾ ਹੱਥ ਬਚਣਾ ਚਾਹੀਦਾ, ਕੋਈ ਸਾਨੂੰ ਹਸਪਤਾਲ ਦੱਸ ਦਿਉ, ਮੈਂ ਭੀਖ ਮੰਗ ਲਓ ਲੋਕਾਂ ਤੋਂ, ਤੁਸੀਂ ਬੈਠੇ ਵੀਡੀਓ ਦੇਖ ਕੇ ਛੱਡਦਾ ਨੇ ਹੋ, ਮੈਂ ਹੈਰਾਨ ਹਾਂ। ਮੈਂ ਤੁਹਾਨੂੰ ਹੱਕ ਨਾਲ ਸ਼ੇਅਰ ਕਰਾਉਂ ਯਾਰ ਇਹ ਵੀਡੀਓ, ਅਸੀਂ ਤੁਹਾਨੂੰ ਚੋਰ ਲੱਗਦੇ ਹਾਂ ਮੋਰ ਲੱਗਦੇ, ਸਾਨੂੰ ਚੋਰ ਕਹੀ ਚੱਲੋ, ਪਰ ਸਾਡਾ ਵੀਡੀਓ ਸ਼ੇਅਰ ਕਰਕੇ ਸਾਥ ਤਾਂ ਦੇ ਦਿਓ ਯਾਰ। ਪੁਲਿਸ ਨੇ ਇਹਨਾਂ ਦੀ ਚਲੋ ਮਦਦ ਨਹੀਂ ਕੀਤੀ, ਸਾਨੂੰ ਨਹੀਂ ਪਤਾ ਕੀ ਮਜਬੂਰੀ ਆ। ਜਿਹੜੇ ਬੰਦੇ ਕੋਲ ਇਹਨਾਂ ਦਾ ਬੇਟਾ ਕੰਮ ਕਰਦਾ ਸੀ, ਦੁਕਾਨ 'ਤੇ ਲੱਗਿਆ ਹੋਇਆ ਸੀ, ਉਹਨਾਂ ਨੇ ਯਾਰ ਮੈਂ ਸਮਝਦਾ ਉਹ ਪੈਸੇ ਦੇ ਲਓ ਕੋਈ ਗੱਲ ਨਹੀਂ ਮਦਦ ਨਹੀਂ ਕੀਤੀ, ਉਹ ਇੱਕ ਵਾਰੀ ਇੱਥੇ ਪਤਾ ਲੈਣ ਵੀ ਨਹੀਂ ਆਏ ਵੀ ਭਾਈ ਤੁਹਾਡਾ ਬੱਚਾ ਠੀਕ ਆ ਜਾਂ ਕੀ ਆ, ਪਤਾ ਲੈਣ ਵੀ ਨਹੀਂ ਆਏ। ਤੁਸੀਂ ਦੇਖੋ ਸਮਾਜ ਕਿੱਥੇ ਖੜਾ ਜਾ। ਸਾਡੇ ਕੋਲ ਅਸੀਂ ਰਾਤ ਦੇ ਵੀਡੀਓ ਬਣਾ ਰਹੇ ਹਾਂ ਵੀ ਕੋਈ ਮਦਦ ਲਈ ਆ ਜਾਵੇ, ਇੱਥੇ ਦੀ ਰਾਤ 2 ਘੰਟੇ ਖੜ ਕੇ ਗਿਆ ਵੀ ਕੋਈ ਪਟਿਆਲੇ ਸ਼ਹਿਰ 'ਚੋਂ ਕੋਈ 2-2 ਰੁਪਏ ਲੈ ਕੇ ਉੱਠ ਕੇ ਆ ਜਾਣਾ ਤਾਂ ਵੀ 2 ਲੱਖ ਰੁਪਏ ਇਕੱਠਾ ਹੋ ਜੂਗਾ, ਇੱਥੇ ਐਡਾ ਸ਼ਹਿਰ ਆ। ਪਰ ਸ਼ਰਮ ਨਾ ਮਰ ਜਾਓ ਯਾਰ, ਮੈਂ ਕਹਿੰਦਾ ਤੁਸੀਂ ਯਾਰ, ਇੱਕ ਸਭ ਤੋਂ ਪਹਿਲਾਂ ਮੇਰੇ ਵੀਰਾਂ ਨੂੰ ਸਾਰਿਆਂ ਨੂੰ ਮੈਂ ਬੇਨਤੀ ਕਰਦਾ, ਅਸੀਂ ਪੇਜ ਤੋਂ ਲਾਈਵ ਨਹੀਂ ਹੋਇਆ ਗਿਆ, ਸਾਡਾ ਅਸੀਂ ID ਤੋਂ ਲਾਈਵ ਹੋਇਆ, ਇਹਦੇ 5,000 ਬੰਦਾ ਜੇ ਤੁਸੀਂ 2,000 ਵੀ ਸ਼ੇਅਰ ਕਰ ਦਿਓ ਨਾ, ਮੈਂ ਗਰੰਟੀ ਨਾ ਕਹਿੰਦਾ ਇਹਨਾਂ ਦੇ ਬੱਚੇ ਲਈ ਪੈਸੇ ਇਕੱਠੇ ਹੋ ਜਾਣਗੇ। ਜਿਹੜੀ ਮੁਸੀਬਤ ਕਰਕੇ ਤੇ ਬੱਚਾ ਮਰ ਰਿਹਾ ਨਾ, ਤੁਹਾਨੂੰ ਅਸੀਂ ਹਾਲਾਤ ਦਿਖਾਉਂਦੇ ਹਾਂ, ਹੋ ਸਕਦਾ ਅਸੀਂ ਵੀਡੀਓ ਦੇ ਨਾਲ ਇੱਕ ਫੋਟੋ ਵੀ ਅਟੈਚ ਕਰੀਏ, ਤੁਸੀਂ ਦੇਖ ਲਿਓ ਇੱਕ ਵਾਰ ਬੱਚੇ ਦੇ ਹਾਲਾਤ। ਆਹ ਜਗ੍ਹਾ ਉੱਪਰ ਦੀ ਨਾ ਇੰਨੇ ਕੁ ਜ਼ਖਮ ਨੇ ਨਾ, ਸਾਰੇ ਜ਼ਖਮਾਂ ਦੀ ਸਰਜਰੀ ਹੋਣੀ ਆ, ਉਹ ਕੌਣ ਕਰਾਊਗਾ ਯਾਰ, ਤੁਸੀਂ ਕਰਾਓਗੇ ਯਾਰ, ਰਲ ਮਿਲ ਕੇ ਕਰਾਵਾਂਗੇ, ਸੰਗਤ ਕਰਾਊਗੀ, ਵੀਡੀਓ ਸ਼ੇਅਰ ਹੋਊਗੀ। ਸਭ ਤੋਂ ਪਹਿਲਾਂ ਵੀਡੀਓ ਸ਼ੇਅਰ ਹੋਣ 'ਤੇ, ਜੇ ਵੀਡੀਓ ਸ਼ੇਅਰ ਹੋਊਗੀ ਤਾਂ ਆਪਾਂ ਨੂੰ ਦਾਨੀ ਸੱਜਣ ਮਿਲਣਗੇ ਬਾਹਰਲੇ ਵੀਰ ਭਰਾ। ਇੱਕ ਵੀਰ ਨੇ ਸਾਨੂੰ ਕਿਹਾ, ਬਾਹਰਲੇ ਨੇ ਰਮਨਦੀਪ ਨੇ ਬਾਈ ਜੀ, ਰਮਨ ਕੁਮਾਰ ਉਹ ਇੰਗਲੈਂਡ 'ਚ ਨੇ, ਉਹ ਕਹਿੰਦੇ ਸੀ ਇਹਨਾਂ ਲਈ ਥੋੜ੍ਹਾ ਬਹੁਤਾ ਦਸਵੰਧ ਜ਼ਰੂਰ ਭੇਜਾਂਗੇ, ਅਸੀਂ ਉਹਨਾਂ ਨੂੰ ਇਹਨਾਂ ਦਾ ਅਕਾਊਂਟ ਨੰਬਰ ਸੈਂਡ ਕੀਤਾ। ਪਰ ਮੈਂ ਸਮਝਦਾ ਥੋੜ੍ਹੇ ਥੋੜ੍ਹੇ ਦਸਵੰਧ ਦੀ ਬਹੁਤ ਲੋੜ ਹੈ ਇਹਨਾਂ ਨੂੰ, ਪੁਲਿਸ 'ਚ ਨਹੀਂ ਇਹਦੀ ਸੁਣਵਾਈ ਨਹੀਂ ਹੋਈ, ਉਹ ਬੰਦਾ ਹੱਥ ਖੜੇ ਕਰ ਗਿਆ ਜਿਹਨਾਂ ਦੀ ਇਹ ਵਰਕਸ਼ਾਪ 'ਤੇ ਲੱਗਿਆ ਹੋਇਆ ਸੀ ਬੱਚਾ। ਪਰ ਇਹ ਹੱਲ ਕਿਵੇਂ ਹੋਊਗਾ ਯਾਰ, ਸਾਨੂੰ ਤੁਹਾਡੇ ਨਾ ਥੋੜ੍ਹੇ ਸਾਥ ਦੀ ਲੋੜ ਆ, ਸਾਨੂੰ ਤੁਹਾਡੇ ਪੈਸੇ ਦੀ ਲੋੜ ਨਹੀਂ ਹੈਗੀ, ਸਾਨੂੰ ਤੁਹਾਡੇ ਸਾਥ ਦੀ ਲੋੜ ਹੈ। ਤੂੰ ਉੱਠ ਕੇ ਤਾਂ ਆ ਜਾ ਕਰੋ ਘਰਾਂ 'ਚੋਂ ਯਾਰ, ਅਸੀਂ ਰਾਤ 'ਤੇ 2 ਘੰਟੇ ਖੜ ਕੇ ਗਏ ਹਾਂ, ਦੂਜੇ ਪੇਸ਼ੈਂਟ ਦੀ ਵੀ ਅਸੀਂ ਵੀਡੀਓ ਪਾਈ ਸੀ, ਸ਼ੇਅਰ ਵੀ ਕੀਤੀ, ਚਲੋ ਠੀਕ ਆ, ਪਰ ਮਦਦ ਲਈ ਸਿਰਫ 1 ਜਾਂ 2 ਜਣੇ ਆਏ ਨੇ ਯਾਰ। ਮੈਂ ਕਹਿੰਦਾ ਹੈਰਾਨ ਹਾਂ ਮੈਂ ਤੁਹਾਡੇ 'ਤੇ, ਸਾਨੂੰ ਮਹਾਰਾਜ ਇੰਨਾ ਪੈਸਾ ਦੇ ਦੇਣ ਯਾਰ, ਅਸੀਂ ਜ਼ਰੂਰ ਲਾਵਾਂਗੇ ਯਾਰ। ਬਾਕੀ ਰਹੀ ਗੱਲ ਵੀਡੀਓ ਨੂੰ ਸ਼ੇਅਰ ਕਰੋ, ਇਹ ਦੁੱਖ ਤੁਸੀਂ ਸੁਣ ਲਿਆ, ਮਾਤਾ ਜੀ ਦਾ ਬੇਟਾ, ਅਸੀਂ ਵੀਡੀਓ ਦੇ ਉੱਪਰ ਇਹਨਾਂ ਦਾ ਅਕਾਊਂਟ ਨੰਬਰ ਦਿੱਤਾ, ਇਹਨਾਂ ਦਾ ਅਕਾਊਂਟ ਨੰਬਰ ਆ, ਸਾਡਾ ਕੋਈ ਵੀ ਅਕਾਊਂਟ ਨੰਬਰ ਨਹੀਂ ਹੈਗਾ, ਸਿਰਫ 50,000
ਤੁਸੀਂ ਇੱਕ ਵਾਰ ਇੱਥੇ ਰਜਿੰਦਰ ਆ ਜਾਓ, ਦੁਨੀਆ ਇੱਥੇ ਮਰ ਰਹੀ ਹੈ ਯਾਰ, ਮੈਂ ਹੈਰਾਨ ਹਾਂ ਤੁਹਾਡੇ 'ਤੇ, ਸਾਡਾ ਤੁਹਾਨੂੰ ਤੁਸੀਂ ਸਾਡਾ ਸਾਥ ਨਹੀਂ ਦੇਣਾ, ਕੋਈ ਪ੍ਰੋਬਲਮ ਨਹੀਂ, ਇਹਨਾਂ ਦਾ ਸਾਥ ਤਾਂ ਦੇ ਦਿਓ ਨਾ, ਇਹ ਵੀਡੀਓ ਨੂੰ ਸ਼ੇਅਰ ਕਰੋ, ਇਹਨਾਂ ਦੀ ਸੁਣਵਾਈ ਵੀ ਹੋਵੇ, ਥੋੜ੍ਹੇ ਟਾਈਮ ਬਾਅਦ ਪਰਚਾ ਵੀ ਦਰਜ ਹੋਵੇ ਉਹਨਾਂ 'ਤੇ ਜਿਨ੍ਹਾਂ ਨੇ ਇਹ ਕੰਮ ਕੀਤਾ। ਕਰੰਟ ਲੱਗ ਗਿਆ ਕੋਈ ਗੱਲ ਨਹੀਂ, ਪਰ ਸਾਥ ਤਾਂ ਦਿਓ ਨਾ, ਪਰਿਵਾਰ ਦੇ ਬੱਚੇ ਦੇ ਕਰੰਟ ਲੱਗ ਗਿਆ ਸਾਰੀ ਜ਼ਿੰਦਗੀ ਬੱਚੇ ਦੀ ਖਰਾਬ ਹੋ ਗਈ, ਅਸੀਂ ਫੋਟੋ ਵੀਡੀਓ ਨਾਲ ਅਟੈਚ ਕਰਦੇ ਹਾਂ, ਵੀ ਫਿਰ ਉਹਦਾ ਸਾਥ ਤਾਂ ਦਿਓ, ਮਾਲਕ ਆ ਕੇ ਪਤਾ ਲੈਣ ਵੀ ਨਹੀਂ ਆਇਆ, ਸਾਨੂੰ ਨਹੀਂ ਪਤਾ ਮਾਲਕ ਕੌਣ ਆ ਕੌਣ ਨਹੀਂ, ਉਹ ਇੱਕ ਵਾਰੀ ਪਤਾ ਲੈਣ ਦਾ ਇੱਥੇ ਆ ਜਾਂਦੇ ਨਾ, ਸਾਡਾ ਬਸ ਆਹੀ ਗੁੱਸਾ, ਅਤੇ ਹੁਣ ਆਪਾਂ ਨੇ ਕੀ ਕਰਨਾ, ਥੋੜ੍ਹਾ ਥੋੜ੍ਹਾ ਦਸਬੰਧ ਇਹਨਾਂ ਦੇ ਅਕਾਊਂਟ 'ਚ ਪਾਉਣਾ ਵੀਰੇ, ਸਾਡੇ ਕੋਲ 5000 ਰੁਪਇਆ ਸੀ, ਸਾਡੇ ਦੋਸਤ ਮਿੱਤਰਾਂ ਤੋਂ ਬਾਬਾ ਜੀ ਉਹਨਾਂ ਤੋਂ ਇਕੱਠਾ ਹੋ ਗਿਆ, ਅਸੀਂ ਦੇ ਕੇ ਚੱਲੇ ਵਾ ਇਹਨਾਂ ਨੂੰ ਦੇਵਾਂਗੇ, ਹੈ ਨਾ, ਪਰ 5000 ਨਾਲ ਵੀਰੇ ਇਲਾਜ ਨਹੀਂ ਹੋਣਾ, ਸਾਰੇ ਜਣੇ ਥੋੜ੍ਹਾ ਥੋੜ੍ਹਾ ਦਸਬੰਧ ਕੱਢ ਕੇ ਜ਼ਰੂਰ ਭੇਜਿਓ, ਉੱਪਰ ਅਸੀਂ ਅਕਾਊਂਟ ਨੰਬਰ ਦਿੱਤਾ ਵਾ ਮਾਤਾ ਜੀ ਦਾ, ਅਤੇ ਮੈਂ ਇੱਕ ਰਿਕੁਐਸਟ ਕਰਦਾ, ਸਾਡੇ ਪੇਜ 'ਤੇ ਬੜੀ ਪ੍ਰੋਬਲਮ ਆ ਰਹੀ ਆ, ਹਾਈਡ ਕੀਤਾ ਵਾ ਪੇਜ, ਨੋਟੀਫਿਕੇਸ਼ਨ ਨਹੀਂ ਜਾਂਦੇ ਕਿਸੇ ਨੂੰ ਵੀਡੀਓ ਦੇ, ਵੀ ਵੀਡੀਓ ਬਣਾਈ ਆ ਜਾਂ ਲਾਈਵ ਹੋਏ ਨੇ, ਅਸੀਂ ਆਈ ਡੀ ਤੋਂ ਲਾਈਵ ਹੋਏ ਇਹਨੂੰ ਯਾਰ, ਵੱਧ ਤੋਂ ਵੱਧ ਮੈਂ ਸਮਝਦਾ 2000 ਬੰਦਾ ਇਹਨੂੰ ਸ਼ੇਅਰ ਕਰ ਦਿਉ, ਮੈਂ ਗਰੰਟੀ ਨਾ ਕਹਿਣਾ ਮਾਤਾ ਜੀ ਦੇ ਬੱਚੇ ਦਾ, ਤੁਹਾਨੂੰ ਠੀਕ ਕਰਕੇ ਇਲਾਜ, ਫੋਟੋ ਪਾਵਾਂਗੇ ਅਸੀਂ, ਬਹੁਤ ਬਹੁਤ ਧੰਨਵਾਦ ਵੀਰੇ, ਵੀਡੀਓ ਸ਼ੇਅਰ ਜ਼ਰੂਰ ਕਰ ਦਿਓ, ਬਹੁਤ ਬਹੁਤ ਧੰਨਵਾਦ ਵੀਰੇ।